नगर कौंसल दीआं चोणां नूं लै के पंजाब दे वख-वख थावां ते कई अनसुखावी घटनावां देखण नूं मिलियां। उत्थे जगराओं च नगर कौंसल चोणां दे 22 वार्डां लई पुलिस प्रशासन ने पूरे सही तरीके नाल ड्यूटियां लगा बहुत ही शांतमई ढंग नाल 22 दे 22 वार्डां विच चोणां नूं करवाया। गलबात करदे एसडीएम जगराओं ने दस्सिया कि ओह एसएसपी साहिब अते पब्लिक दा वी धन्नवाद करदे हन जिन्हां समझदारी नाल अपनियां वोटां दा इस्तेमाल कीता। सब तो पहला तो मैं इत्थों दे वोटरां नूं उन्हां दा बहुत बहुत धन्नवाद करदा हैगा कि उन्होंने शांतमई ढंग दे नाल अपनी वोट कास्ट कीती हैगी है और 68% तो ज़्यादा साड़ी पोलिंग जिहड़ी हैगी है परसेंटेज इत्थे हुई है और पुलिस ने बहुत अच्छा अपना ड्यूटी निभाई हैगी है। किसी भी जिथे सानू लगता सी कि हाइपर सेंसिटिव पोलिंग स्टेशन जिहड़े असीं डिकलेयर कीते सी उत्थे डीएसपी एसपी साहिबान जिहड़े है खुद सारा दिन उत्थे बैठ के लॉ एंड ऑर्डर नूं उन्होंने मेनटेन किया हैगा। ये सारा सिरा जिहड़ा हैगा माननयोग एसएसपी साहब डीएसपी साहब जिहड़े सब डिवीजन ते होर जिहड़े साडे जीओ अधिकारी हैगे आ और साडा पोलिंग स्टाफ जिन्होंने बेखौफ होकर अपनी ड्यूटी बहुत अच्छी निभाई हैगी है और जिस तरह हुण समय मुताबक तुसीं देख रहे हो कि बहुत सारिया पार्टियां इत्थे साडे कोले पहुँच चुकी हैं कुछ आने की वे हैगी है और बिना अमन अमान जिहड़ा अमन अमान नाल सारा प्रोग्राम होया हैगा ये बहुत सारिआं नूं शुभकामनाएं। उत्थे इस मौके डीएसपी सिटी जतिंदरजीत सिंह अते डीएसपी अनिल ने कहा कि उन्हां चोण कमीशन दी हिदायतां अते पब्लिक दे सहयोग नाले चोणां बिना किसी तरह की रुकावट तो नेपरे चाड़ियां हन। वार्डां दे इलैक्शन जो बिल्कुल ओके हुए है उस बारे की कहना चाहोगे? पुलिस प्रशासन वालों पूरी तनदेही नाल ड्यूटी निभाई गई अपनी पब्लिक में ही पूरी चर्चा वा भी बहुत वधिया इलैक्शन यह हुए है भी किसी तरह की घटना नहीं वापरी कोई भी बहुत वधिया सारे वार्डां दे विच तुसीं की कहना चाहोगे इस नूं किवें नजिठिया सारे नूं? ਇੱਥੇ ਸਾਡੀਆਂ ਪੁਲਿਸ ਟੁਕੜੀਆਂ ਟਾਈਮ ਨਾਲ ਚਲੇ ਗਈਆਂ ਔਰ ਜਿੱਦਾਂ ਜਿੱਦਾਂ ਸਾਡੇ ਐਸ ਐਸ ਪੀ ਸਾਹਿਬ ਚਰਨਜੀਤ ਸਿੰਘ ਜਿੱਦਾਂ ਜਿੱਦਾਂ ਸਾਨੂੰ ਦਾਤਾਂ ਦਿੱਤੀਆਂ ਉਹਨਾਂ ਨੇ ਉਹਦੀ ਅਸੀਂ ਮਨ ਪਾਲਣਾ ਕੀਤੀ ਇਹਦੇ ਕਰਕੇ ਸਾਡੇ ਕੋਈ ਕਿਸੇ ਕਿਸਮ ਦੀ ਵੀ ਕੋਈ ਘਟਨਾ ਨਹੀਂ ਵਾਪਰੀ ਬਿਲਕੁਲ ਅਮਨ ਅਮਾਨ ਦੇ ਨਾਲ ਜਿਹੜੀਆਂ ਜਿਹੜੀਆਂ ਇਲੈਕਸ਼ਨ ਜਿਹੜੀਆਂ ਹੋ ਗਈਆਂ ਔਰ ਪੋਲਿੰਗ ਪਾਰਟੀਆਂ ਜਿਹੜੀਆਂ ਹੁਣ ਵਾਪਸ ਆਪਣਾ ਸਮਾਨ ਜਮ੍ਹਾਂ ਕੁਝ ਜੋ ਇਲੈਕਸ਼ਨ ਕਮਿਸ਼ਨ ਦਾ ਜੋ ਰਹਿਤਾ ਹੈਗੀ ਆ ਸਾਡੇ ਡੀ ਜੀ ਸਾਹਿਬ ਦੀ ਜੋ ਹਦਾਇਤਾਂ ਹੈਗੀਆਂ ਨੇ ਐਸ ਐਸ ਪੀ ਸਾਹਿਬ ਦੀ ਜੋ ਹੈਗੀਆਂ ਨੇ ਉਹਨਾਂ ਨੂੰ ਮੇਨ ਸਾਡਾ ਮੋਟਿਵ ਇਹੀ ਹੈ ਕਿ ਫਰੀ ਐਂਡ ਫੇਅਰ ਇਲੈਕਸ਼ਨਸ ਉਹਦੇ ਵਾਸਤੇ ਇਹ ਜਿੰਨੀ ਫੋਰਸ ਹੈ ਜਿੰਨੀ ਸਾਨੂੰ ਇਹ ਵਾਰਡਾਂ ਦੇ ਹਿਸਾਬ ਨਾਲ ਜਾਂ ਬੂਥਾਂ ਦੇ ਹਿਸਾਬ ਨਾਲ ਦਿੱਤੀ ਗਈ ਸੀ ਉਹਦੇ ਵਾਸਤੇ ਪੈਟਰੋਲਿੰਗ ਪਾਰਟੀਆਂ ਲਈਆਂ ਗਈਆਂ ਜਿਹੜੀਆਂ ਕਿ ਹਰ ਵਾਰਡ ਦੇ ਵਿੱਚ ਘੁੰਮ ਰਹੀਆਂ ਨੇ ਤਾਂ ਕਿ ਕੋਈ ਵੀ ਕਿਸੇ ਵੀ ਵੋਟਰ ਨੂੰ ਕੋਈ ਵੀ ਤਕਲੀਫ ਨਾ ਹੋਵੇ ਕਿਸੇ ਦੇ ਦਿਮਾਗ ਵਿੱਚ ਇਹ ਵਹਿਮ ਨਾ ਹੋਵੇ ਕਿ ਹਾਂ ਇਹ ਕੋਈ ਕਿਸੇ ਦੀ ਮਦਦ ਕਰ ਰਿਹਾ ਲਾ ਐਂਡ ਆਰਡਰ ਤੇ ਨਾਲ ਹੀ ਵੋਟਾਂ ਨੂੰ ਸੁਚੱਜੇ ਤਰ੍ਹਾਂ ਕਰਾਉਣ ਵਾਸਤੇ ਇਹ ਸਾਰੀ ਪਟਰੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਹਰ ਵਾਰਡ ਵਿੱਚ ਜਾ ਰਹੀਆਂ। ਜਗਰਾਓਂ ਤੋਂ ਦਵਿੰਦਰ ਜੈਨ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚ ਅਨਬਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਵਿੱਚ ਸਮਾਧਾਨ ਫ੍ਰੀ 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 ਮੀਆਂ ਰਫੀਕ ਮੁਹੰਮਦ ਮੋਬਾਈਲ 84374-94647 84374-94648 ਬਾਬਾ ਸੁਲਤਾਨ ਬੰਗਾਲੀ 21 ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੀ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ ਏ ਟੂ ਜ਼ੈਡ ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁਠਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਅਸਟਾਮ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਾਨਬਨ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਫੋਨ 95603-92450 95603-92451 ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।